ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਆ ਉਹਨਾਂ ਦੀਆਂ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ ਪੰਜਾਬ ਤੋਂ ਮੋਗੇ ਜ਼ਿਲ੍ਹੇ ਦੇ ਕਾਲੀਏ ਵਾਲਾ ਪਿੰਡ ਦੀ ਅੰਤਰਰਾਸ਼ਟਰੀ ਵਿਦਿਆਰਥਣ ਅਸ਼ਵੀਰ ਕੌਰ ਇੱਕ ਬਿਮਾਰੀ ਦੇ ਚਲਦਿਆਂ ਬ੍ਰੈਂਟਨ ਵਿੱਚ ਕੰਦੀ ਉਸਤਾਦ ਦੇਹਾਂਤ ਹੋ ਗਿਆ ਹੈ ਬਹੁਤ ਸਾਰੇ ਮਸਲੇ ਨੌਜਵਾਨਾਂ ਦੀ ਮੌਤ ਦੇ ਨਾਲ ਜਿਹੜੇ ਹੋਏ ਸਾਹਮਣੇ ਆ ਰਹੇ ਆ ਹਰ ਇੱਕ ਦੀ ਆਪੋ ਆਪਣੀ ਵੱਖ-ਵੱਖ رائے ਆ ਪਰ ਇਸ ਮਾਮਲੇ ਵਿੱਚ ਇਹ ਬਿਮਾਰ ਦੱਸੀ ਜਾਂਦੀ ਸੀ ਹਾਲ ਦੀ ਕਿੜੀ ਇਸ ਤੋਂ ਵੱਧ ਕੋਈ ਬਿਮਾਰੀ ਕਿਹੜੀ ਸੀ ਕਿਦਾਂ ਸੀ ਉਸਤੇ ਬਾਰੇ ਨਹੀਂ ਦੱਸਿਆ ਗਿਆ ਹੈਗਾ ਪਰ ਬੜੀ ਮੰਦ ਭਾਗੀ ਗੱਲ ਆ ਬੱਚਿਆਂ ਨੂੰ ਨੌਜਵਾਨਾਂ ਨੂੰ ਮਾਪੇ ਕੋਈ ਔਖੇ ਹੋ ਕੇ ਕੋਈ ਸੌਖੇ ਹੋ ਕੇ ਪਰ ਦਿਲ ਤਾਂ ਸਾਰ ਇੱਕ ਦਾ ਟੁੱਟਦਾ ਹੈ ਵੀ ਨਹੀਂ ਦੂਰ ਜਿਹੜਾ ਹੋ ਘਲਦੇ ਆ ਤੇ ਉੱਥੇ ਜਾ ਕੇ ਜਦ ਇਹ ਵਾਪਰਦਾ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਆ ਦਿਲ ਬਹੁਤ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਪੂਰੇ ਪਿੰਡ ਦੇ ਵਿੱਚ ਪੂਰੇ ਮਹੱਲੇ ਦੇ ਵਿੱਚ ਇਸ ਟਾਈਮ ਕਿਨੇ ਸੋਗ ਦੀ ਲਹਿਰ ਚੱਲ ਰਹੀ ਆ ਰੁਕ ਕਰਦੇ ਹਾਂ ਹੁਣ ਕੈਨੇਡਾ ਦੇ ਵਿੱਚ ਫੈਡਰਲ ਬਜਟ ਆ ਉਸ ਨੂੰ ਲੈ ਕੇ ਫੈਡਰਲ ਬਜਟ ਜਿਹੜਾ ਆ ਉੱਥੇ ਪੇਸ਼ ਕੀਤਾ ਗਿਆ 2023 ਦੇ ਵਿੱਚ ਨਵੀਂ ਸਪੈਂਡਿੰਗ ਦੇ ਨਾਲ ਬਿਲੀਅਨਸ ਆਫ ਡਾਲਰ ਦੀ ਨਵੀਂ ਸਪੈਂਡਿੰਗ ਦੇ ਨਾਲ ਕੁੱਲ ਮਿਲਾ ਕੇ ਇਸ ਬਜਟ ਵਿੱਚ 40 ਬਿਲੀਅਨ ਡਾਲਰ ਦਾ ਘਾਟਾ ਜਿਹੜਾ ਆ ਉਹ ਪੇਸ਼ ਕੀਤਾ ਗਿਆ ਹੈ ਹੈ ਇਸ ਬਜਟ ਦੇ ਵਿੱਚ ਕਈ ਨਵੇਂ ਕਾਨੂੰਨ ਜਿਹੜੇ ਆ ਉਹ ਵੀ ਐਡ ਕੀਤੇ ਗਏ ਨੇ ਵੱਖ-ਵੱਖ ਮੁੱਦਿਆਂ ਨੂੰ ਜਿਹੜਾ ਉਹ ਲੈ ਕੇ ਬਜਟ ਦੇ ਤਹਿਤ ਨੇਚਰਲ ਹੈਲਥ ਪ੍ਰੋਡਕਟਸ ਦੇ ਉੱਤੇ ਓਵਰਸਾਈਟ ਬਿਠਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੋਵੇਗੀ ਫੂਡ ਅਤੇ ਡਰੱਗ ਐਕਟ ਦੇ ਤਹਿਤ ਸਰਕਾਰ ਇਹ ਸੋਚ ਰਹੀ ਆ ਵੀ ਉਹਦੀਆਂ ਪਾਵਰਸ ਆ ਉਹਦੀਆਂ ਤਾਕਤਾਂ ਨੂੰ ਵਧਾਇਆ ਜਾਵੇ ਜਿਸ ਦੇ ਵਿੱਚ ਉਹਨਾਂ ਕ੍ਰੀਡੀਅੰਸ ਨੂੰ ਕਿੰਨੇ ਵੀ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਆ ਜਿਹੜੇ unsafe drug act ਦੇ ਤਹਿਤ ਵਿਨੇਸਾ ਲਾਰਜਸ ਨੂੰ ਆਖੇ ਜਾਂਦਾ ਆ ਉਹ ਰੈਗੂਲੇਟ ਕਰੇ ਨੇਚਰਲ ਹੈਲਥ ਪ੍ਰੋਡਕਟ ਇਸ ਮੌਕੇ ਜਿੱਦਾਂ ਆਪਣੇ ਇਥੇ افਡੀਆ ਉਥੇ ਉਹਨਾਂ ਦੀ ਜਿਹੜੀ ਜਿਹੜੀ ਫੂਡ ਵਾਲੀ ਇੰਡਸਟਰੀ ਆ ਜਾਂ ਦਵਾਈਆਂ ਵਾਲੀ ਆ ਜਿਸ ਨੂੰ ਉਹ ਪ੍ਰਮਾਣਿਤਤਾ ਦਿੰਦੇ ਆ ਉਸ ਤੋਂ ਬਗੈਰ ਬਹੁਤ ਸਾਰੇ ਹੈਲਥ ਪ੍ਰੋਡਕਟ ਵਿਕਦੇ ਆ ਜਿਹਦੇ ਬਾਰੇ ਇਹਨਾਂ ਨੇ ਚਿੰਤਾ ਪ੍ਰਗਟਾਈ ਆ ਇਸ ਲਈ ਰੈਗੂਲੇਟਰਸ ਨੂੰ ਉਸ ਦੇ ਉੱਤੇ ਸ਼ਕੰਜਾ ਕੱਸਣ ਦੇ ਲਈ ਇਸ ਬਜਟ ਦੇ ਵਿੱਚ ਰ ਦਿੱਤਾ ਗਿਆ ਆ ਨਾਲ ਹੀ ਗਿਗ ਵਰਕਰਸ ਨੂੰ ਹੋਰ ਪ੍ਰੋਟੈਕਸ਼ਨਸ ਦੇਣ ਦੀ ਵੀ ਇਸ ਦੇ ਵਿੱਚ ਸਫਾਰਸ਼ ਰੱਖੀ ਗਈ ਆ ਕੈਨੇਡਾ ਦੇ ਲੇਬਰ ਕੋਡ ਦੇ ਵਿੱਚ ਕਹਿੰਦੇ ਆ ਤਬਦੀਲੀਆਂ ਆਉਣਗੀਆਂ ਜਿਸ ਨਾਲ ਜੋਬ ਪ੍ਰੋਟੈਕਸ਼ਨਸ ਆ ਉਹਨਾਂ ਨੂੰ ਹੋਰ ਬਿਹਤਰ ਬਣਾਇਆ ਜਾਊਗਾ ਤੇ ਫੈਡਰਲਿ ਰੈਗੂਲੇਟਿਡ ਗਿਗ ਵਰਕਰਸ ਖਾਸ ਕਰਕੇ ਉਹਨਾਂ ਨੂੰ ਕਹਿ ਸਕਦੇ ਆ ਵੀ ਹੋਰ ਹੱਕ ਮਿਲਣਗੇ ਗਿਗ ਇਕਨੋਮੀ ਦਾ ਮੁੱਦਾ ਅਮਰੀਕਾ ਵਿੱਚ ਵੀ ਲਗਾਤਾਰ ਪਿਛਲੇ ਕਈ ਸਮੇਂ ਤੋਂ ਪਖਤਾ ਆ ਰਿਹਾ ਆ ਤੇ ਕੈਨੇਡਾ ਵਿੱਚ ਵੀ ਇਹੀ ਸਮੱਸਿਆ ਆ ਜਿੱਥੇ ਜਿਹੜੇ ਗਿਗ ਵਰਕਰਸ ਆ ਉਹਨਾਂ ਨੂੰ EMPLOYE נਾ ਸ਼ੋ ਕਰਕੇ ਬਹੁਤ ਸਾਰੇ ਜਿਹੜੇ ਕਹ ਲੋ ਵੀ ਫਰਜ਼ਾਂ ਤੋਂ EMPLOYER ਜਿਹੜਾ ਆ ਉਹ ਲੰਬੇ ਹੋ ਜਾਂਦਾ ਆ ਸੋ ਇੱਥੇ ਵੀ EMPLOYE ਮਿਸ ਕਲਾਸੀਫਿਕੇਸ਼ਨ ਦਾ ਮੁੱਦਾ ਚੱਲ ਰਿਹਾ ਆ ਸੋ 2021 ਦੇ ਵਿੱਚ ਇੱਕ ਚੇਂਜ ਲਿਆਂਦਾ ਗਿਆ ਸੀਗਾ ਮਿਸ ਕਲਾਸੀਫਿਕੇਸ਼ਨ ਦੀ এমপ্লয়ੀਜ਼ ਨੂੰ ਲੈ ਕੇ ਪ੍ਰਾਈਵੇਟ ਖੇਤਰ ਦੇ ਵਿੱਚ ਉਸ ਨੂੰ ਇਹ ਹੋਰ ਮਜ਼ਬੂਤ ਕਰਨ ਬਾਰੇ ਸੋਚ ਰਹੇ ਆ ਤਾਂ ਜੋ ਜਿਹੜੇ ਐਜ਼ ਅ ਗਿਗ ਵਰਕਰ ਕੰਮ ਕਰ ਰਹੇ ਆ ਉਹਨਾਂ ਦੀ ਨੌਕਰੀ ਉਹਨਾਂ ਦੇ ਜਿਹੜੇ ਹੱਕ ਆ ਉਹ ਹੋਰ ਜ਼ਿਆਦਾ ਬਿਹਤਰ ਬਣ ਸਕਣ